ਫਿਰੋਜ਼ਪੁਰ ਦੇ ਜ਼ੀਰਾ ਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਬੁਲਟ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਇਹ ਦੋਵੇਂ ਕਿਤੇ ਜਾ ਰਹੇ ਸਨ ਤੇ ਇੱਕ ਨਹਿਰ ਦੇ ਵਿੱਚ ਇਹਨਾਂ ਦਾ ਬੁਲਟ ਡਿੱਗ ਗਿਆ, ਜਿਸ ਕਾਰਨ ਸਿਰ ਤੇ ਗੰਭੀਰ ਸੱਟਾਂ ਲੱਗ ਗਈਆਂ, ਜਿਸ ਕਾਰਨ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਲਵਲੀ, ਜੋ ਕਿ ਪਿੰਡ ਮਨਸੂਰ ਦੇਵਾ ਅਤੇ ਦੀਪੂ ਜੀਰਾ ਦਾ ਰਹਿਣ ਵਾਲਾ ਸੀ ਅਤੇ ਦੋਵੇਂ ਆਪਸ ਵਿੱਚ ਦੋਸਤ ਸਨ। ਬੀਤੀ ਰਾਤ ਦੋਵੇਂ ਨੌਜਵਾਨ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਮਨਸੂਰ ਦੇਵਾ ਤੋਂ ਜ਼ੀਰੇ ਆਏ ਸਨ ਅਤੇ ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਦਾ ਮੋਟਰਸਾਈਕਲ ਨਹਿਰ ਵਿੱਚ ਡਿੱਗ ਗਿਆ, ਜਿਸ ਕਾਰਨ ਇਹਨਾਂ ਦੋਵਾਂ ਨੌਜਵਾਨਾਂ ਦੇ ਸਿਰ ਤੇ ਸੱਟ ਲੱਗ ਗਈ ਅਤੇ ਰਾਤ ਦਾ ਸਮਾਂ ਹੋਣ ਦੇ ਚੱਲਦਿਆਂ ਕਿਸੇ ਨੂੰ ਇਸ ਹਾਦਸੇ ਦਾ ਪਤਾ ਨਹੀਂ ਲੱਗਾ। ਉਹਨਾਂ ਨੂੰ ਸਵੇਰੇ ਜਾਣਕਾਰੀ ਮਿਲੀ ਕਿ ਬੁਲਟ ਮੋਟਰਸਾਈਕਲ ਨਹਿਰ 'ਚ ਡਿੱਗਿਆ ਹੋਇਆ ਹੈ ਅਤੇ ਦੋ ਨੌਜਵਾਨ ਵੀ ਨਹਿਰ 'ਚ ਪਏ ਨੇ, ਤਾਂ ਉਹਨਾਂ ਵੱਲੋਂ ਤੁਰੰਤ ਆ ਕੇ ਦੇਖਿਆ ਗਿਆ ਤਾਂ ਦੋਵਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਮੁੰਡੇ ਦਾ ਨਾਮ ਲਵਲੀ ਆ, ਮਸੂਰ ਦੇਵੇ ਤੋਂ ਆ, ਇੱਕ ਦੀਪੂ ਆ ਜੀਰੇ ਤੋਂ ਜੀ। ਰਾਤ ਕਿਤੇ ਘਰ ਨੂੰ ਆ ਰਹੇ ਸੀ, ਲਾਈਟ ਲੂਟ ਅੱਗਿਓਂ ਪਈ ਜਾਂ ਪਤਾ ਨਹੀਂ ਕੀ ਹੈ, ਰੱਬ ਜਾਣਦਾ, ਪਤਾ ਨਹੀਂ ਲੱਗਿਆ। ਸਿਰ 'ਚ ਸੱਟ ਆ ਦੋਨਾਂ ਦੇ। ਕਾਹਦੇ ਤੇ ਸੀਗੇ ਇਹ? ਮੋਟਰਸਾਈਕਲ ਤੇ ਸੀ, ਬੁਲਟ ਤੇ। ਰਵੀ ਮੋਟਰਸਾਈਕਲ ਲੈ ਕੇ ਚੱਲ ਤੂੰ ਉਧਰੋਂ, ਆਪਾਂ ਦੀਪੂ ਘਰੇ ਵੀ ਜਾਣਾ। ਕਿਹੜੇ ਪਿੰਡ ਦੇ ਰਹਿਣ ਵਾਲੇ ਸੀ? ਇੱਕ ਮਸੂਰ ਦੇਵੇ ਦਾ, ਇੱਕ ਜੀਰੇ ਦਾ ਜੀ। ਉਧਰ ਮੌਕੇ ਤੇ ਪਹੁੰਚੀ ਪੁਲਿਸ ਪਾਸੋਂ ਜਦੋਂ ਇਸ ਹਾਦਸੇ ਸੰਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਮੌਕੇ ਤੇ ਮੌਜੂਦ ਪੁਲਿਸ ਅਫਸਰ ਨੇ ਕਹਿ ਕੇ ਹਾਦਸੇ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਦੁਬਈ ਵਿੱਚ ਕੁੱਕ, ਨੈਨੀ, ਕਲੀਨਰ ਅਤੇ ਘਰ ਦਾ ਕੰਮ ਕਰਨ ਲਈ ਕੁੜੀਆਂ ਤੇ ਮੁੰਡਿਆਂ ਦੀ ਲੋੜ। 20 ਤੋਂ 50 ਸਾਲ ਦੀ ਉਮਰ ਦੇ ਲੋਕ ਉਠਾ ਸਕਦੇ ਇਹ ਫਾਇਦਾ। ਟੈਨਸ਼ਨ ਨਾ ਲਓ, ਹਰ ਮਹੀਨੇ ਮਿਲੇਗੀ 23,000 ਤੋਂ 25,000 ਰੁਪਏ ਤਨਖਾਹ। ਰਹਿਣਾ ਸਹਿਣਾ, ਖਾਣਾ ਪੀਣਾ ਸਭ ਹੋਵੇਗਾ ਕੰਪਨੀ ਵੱਲੋਂ। ਇਹੀ ਨਹੀਂ, ਸਕਿਲਡ ਅਤੇ ਲੇਬਰ ਦੇ ਕੰਮ ਤੋਂ ਇਲਾਵਾ ਦੁਬਈ ਦੇ ਟੂਰ ਪੈਕੇਜ ਵੀ ਉਪਲਬਧ। ਵੀਜ਼ਾ ਤੇ ਟਿਕਟ ਲਈ ਵੀ ਖਾਸ ਪ੍ਰਬੰਧ। ਵਧੇਰੇ ਜਾਣਕਾਰੀ ਲਈ ਹੁਣੇ ਸੰਪਰਕ ਕਰੋ 6284327737।